ਰਿਲਾਇੰਸ ਨੂੰ ਲੱਗਿਆ ਝਟਕਾ, ਕਰੋੜਾਂ ਦਾ ਮਾਲ ਸਿੱਟਣਾ ਪਿਆ ਕਚਰਾ ਪਲਾਂਟ ਦੇ ਵਿੱਚ, ਅਤੇ ਕਿਸਾਨਾਂ ਨੇ ਕਿਹਾ ਗਰੀਬਾਂ ਦੇ ਮੂੰਹ ਵਿੱਚ ਪਾ ਦੇਣਾ ਚਾਹੀਦਾ ਸੀ ਲੋਕਡਾਊਨ ਦੌਰਾਨ। ਕਿਸਾਨੀ ਸੰਘਰਸ਼ ਦੌਰਾਨ ਬੰਦ ਪਏ ਰਿਲਾਇੰਸ ਮਾਲ ਦੇ ਅੱਗੇ ਜੋ ਲਗਾਤਾਰ ਧਰਨਾ ਲੱਗਿਆ ਹੋਇਆ ਅਤੇ ਉਸਦਾ ਮਾਲ ਵਿਕਣ ਨਹੀਂ ਦਿੱਤਾ ਗਿਆ, ਜਿਸ ਨੂੰ ਲੈ ਕੇ ਉਹਨਾਂ ਦਾ ਅੰਦਰ ਪਿਆ ਮਾਲ ਕਾਫੀ ਕਰੋੜਾਂ ਦਾ ਮਾਲ ਅੰਦਰ ਪਿਆ ਹੀ ਸੜ ਗਿਆ, ਅਤੇ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਟਰਾਲੀਆਂ ਭਰ ਭਰ ਕੇ ਇਹ ਸਾਰਾ ਮਾਲ ਬਾਹਰ ਕੱਢਿਆ ਜਾ ਰਿਹਾ ਅਤੇ ਕਚਰਾ ਪਲਾਂਟ ਦੇ ਵਿੱਚ ਸਿੱਟਿਆ ਜਾ ਰਿਹਾ। ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਕਚਰਾ ਪਲਾਂਟ ਦੀਆਂ, ਜਿੱਥੇ ਰਿਲਾਇੰਸ ਮਾਲ ਦੇ ਅੰਦਰੋਂ ਕੱਢਿਆ ਗਿਆ ਮਾਲ, ਜੋ ਮਾਲ ਐਕਸਪਾਇਰੀ ਡੇਟ ਹੋ ਚੁੱਕਿਆ ਜਾਂ ਗਲ ਚੁੱਕਿਆ, ਉਸ ਨੂੰ ਬਾਹਰ ਕੱਢ ਕੇ ਟਰਾਲੀਆਂ ਦੇ ਰਾਹੀਂ ਕਚਰਾ ਪਲਾਂਟ ਦੇ ਵਿੱਚ ਸਿੱਟਿਆ ਜਾ ਰਿਹਾ। ਅਤੇ ਉੱਧਰ ਕਿਸਾਨਾਂ ਦਾ ਕਹਿਣਾ ਹੈ ਕਿ ਇਹਨਾਂ ਵੱਲੋਂ ਲੋਕਡਾਊਨ ਦੌਰਾਨ ਕਿਸੇ ਗਰੀਬਾਂ ਦੇ ਮੂੰਹ ਵਿੱਚ ਪਾ ਦੇਣਾ ਚਾਹੀਦਾ ਸੀ, ਨਾ ਕਿ ਜਿਹੜਾ ਅੱਜ ਰਿਲਾਇੰਸ ਸੁਪਰ ਮਾਲ ਦਾ ਜਿਹੜਾ ਸਮਾਨ ਹੈ ਜੀ ਕਰੋੜਾਂ ਰੁਪਏ ਦਾ ਅੰਦਰ ਪਿਆ, ਉਹ ਰਾਖ ਬਣ ਗਿਆ ਅਤੇ ਉਹਨੂੰ ਕਚਰਾ ਫੈਕਟਰੀਆਂ 'ਚ ਜਾਂ ਕਚਰੇ ਵਾਲੇ ਜਿਹੜੇ ਡੰਪ ਆ ਉੱਥੇ ਸਿੱਟਿਆ ਗਿਆ। ਤਾਂ ਇੱਥੋਂ ਇੱਕ ਗੱਲ ਸਾਬਤ ਹੁੰਦੀ ਹੈ ਕਿ ਜਿਹੜੇ ਕਾਰਪੋਰੇਟ ਘਰਾਣੇ ਹੈ ਇਹ ਸਾਡੇ ਲੰਗਰਾਂ 'ਤੇ ਤਾਂ ਬਹੁਤ ਸਵਾਲ ਚੁੱਕਦੇ ਆ ਕਿ ਜਿਹੜੇ ਕਿਸਾਨ ਹੈ ਉਹ ਲੰਗਰ ਲਾਉਂਦੇ ਆ ਅਤੇ ਪਤਾ ਨਹੀਂ ਕਿੱਥੋਂ ਫੰਡ ਆਉਂਦਾ। ਪਰ ਇਹ ਸਿਰਫ ਲੋਕਾਂ ਦਾ ਜਿਹੜਾ ਖੂਨ ਚੂਸਣਾ ਜਾਣਦੇ ਆ, ਕਿਸੇ ਦੇ ਮੂੰਹ 'ਚ ਇਹ ਫ੍ਰੀ 'ਚ ਕੁਛ ਪਾ ਨਹੀਂ ਸਕਦੇ। ਸੋ ਇਹ ਬੰਦਿਆਂ ਨੂੰ ਲੱਖ ਲਾਹਨਤ ਹੈ, ਕਿਉਂਕਿ ਜਿਹੜਾ ਉਹ ਅਨਾਜ ਜਾਂ ਉਹ ਸਮਾਨ ਉਹ ਹੋਇਆ ਉੱਥੇ ਕਿਤੇ ਨਾ ਕਿਤੇ ਜਿਹੜੀ ਮੈਨ ਪਾਵਰ ਆ ਉਹ ਸਾਡੇ ਲੋਕਾਂ ਦੀ ਵੀ ਲੱਗੀ ਸੀ, ਪਰ ਜਦੋਂ ਲੜਾਈ ਲੱਗ ਜਾਂਦੀ ਹੈ ਜਾਂ ਕਿਸੇ ਨਾਲ ਜੰਗ ਲੱਗੀ ਹੋਵੇ ਤਾਂ ਉਦੋਂ ਰਸਤਿਆਂ 'ਚ ਲਾਸ਼ਾਂ ਨਹੀਂ ਗਿਣੀ ਜਾਂਦੀਆਂ ਹੁੰਦੀਆਂ, ਸਾਰਾ ਕੰਮ ਨਿਬੇੜਨ ਤੋਂ ਬਾਅਦ ਗਿਣੀਦਾ। ਸੋ ਅਸੀਂ ਵੀ ਆਪਦੀਆਂ ਸ਼ਹੀਦੀਆਂ ਉਹਨਾਂ ਨੂੰ ਜਰੀ ਬੈਠੇ ਹਾਂ, ਪਰ ਇਹ ਜਿਹੜਾ ਕਾਰਪੋਰੇਟ ਸੈਕਟਰ ਹੈ ਉਹਦੇ ਨਾਲ ਵੱਡੇ ਪੱਧਰ ਦੀ ਲੜਾਈ ਸਾਡੀ ਜਾਰੀ ਰਹੂਗੀ। ਇਸ ਤਰ੍ਹਾਂ ਦਾ ਮੈਂ ਇਹਨਾਂ ਨੂੰ ਵੀ ਸਲਾਹ ਦਿੰਦਾ ਕਿ ਜਦੋਂ ਕਿਤੇ ਕੋਈ ਨੁਕਸਾਨ ਹੁੰਦਾ ਤਾਂ ਇਹਦੇ ਨਾਲੋਂ ਚੰਗਾ ਕਿ ਕਿਸੇ ਗਰੀਬ ਦੇ ਕੰਮ ਆ ਜਾਏ। ਹੁਣ ਵੀ ਤੁਹਾਡਾ ਉਹ ਕਚਰਾ ਬਣਿਆ, ਪਰ ਇਹਨਾਂ ਦੀ ਜਿਹੜੀ ਸੋਚਣ ਸ਼ਕਤੀ ਉਹ ਇਹ ਹੈ ਕਿ ਅਸੀਂ ਟਸਲ ਰੱਖੀ ਬੈਠੇ ਹਾਂ ਕਿਸਾਨ ਜਥੇਬੰਦੀਆਂ ਨਾਲ, ਜਿੰਨਾ ਨੁਕਸਾਨ ਹੁੰਦਾ ਹੋਵੇ ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਪਰ ਅਸੀਂ ਵੀ ਇਸ ਗੱਲ ਦਾ ਨਿਰਣਾ ਲਈ ਬੈਠੇ ਹਾਂ ਕਿ ਸਾਨੂੰ ਸ਼ਹਾਦਤਾਂ ਦੇਣੀਆਂ ਪਈਆਂ, ਸਾਨੂੰ ਜੋ ਵੀ ਕੁਰਬਾਨੀਆਂ ਦੇਣੀਆਂ ਪਈਆਂ ਦੇਵਾਂਗੇ ਪੰਜਾਬ 'ਚ ਅਤੇ ਸਮੁੱਚੇ ਭਾਰਤ 'ਚ, ਕਾਰਪੋਰੇਟ ਸੈਕਟਰਾਂ ਦਾ ਜਿਹੜਾ ਕਬਜ਼ਾ ਨਹੀਂ ਹੋਣ ਦੇਵਾਂਗੇ। ਅਤੇ ਇਹ ਵੀ ਅੱਜ ਇੱਕ ਗੱਲ ਨੋਟ ਕਰਨ ਬਠਿੰਡੇ ਦੇ ਕਾਰਪੋਰੇਟ ਸੈਕਟਰ ਕਿ ਅੰਬਾਨੀ ਅਡਾਨੀ ਦੀਆਂ ਜਿਹੜੀਆਂ ਮੋਦੀ ਨਾਲ ਯਾਰੀਆਂ ਹੈ ਉਹ ਇਹਨਾਂ ਨੂੰ ਅੱਜ ਇੱਕ ਛੋਟਾ ਜਿਹਾ ਅਸੀਂ ਸਬੂਤ ਦਿੱਤਾ, ਜਿਵੇਂ ਜਿਵੇਂ ਅੱਗੇ ਅੱਗੇ ਤੁਸੀਂ ਇਹਨਾਂ ਨਾਲ ਯਾਰੀਆਂ ਪਗਾਓਗੇ ਘਾਟੇ ਤੁਹਾਨੂੰ ਵੀ ਪੈਣਗੇ। ਸੋ ਵੱਧ ਤੋਂ ਵੱਧ ਇਹਨਾਂ ਨੂੰ ਦਾਨ ਦੀ ਜਿਹੜੀ ਪ੍ਰਕਿਰਿਆ ਉਹਦੇ 'ਚ ਆਉਣਾ ਚਾਹੀਦਾ, ਨਾ ਕਿ ਬਠਿੰਡਾ ਦੀ ਜਿਹੜੀ ਪ੍ਰਸ਼ਾਸਨ ਵਾਂਗੂ ਕਰਨ। ਉਹਨਾਂ ਨੇ ਵੀ ਪਹਿਲਾਂ ਜਿਹੜਾ ਆਟਾ ਦਾਲ ਸਕੀਮ ਗਰੀਬਾਂ ਲਈ ਆਇਆ ਸੀ ਉਹ ਇਹਨਾਂ ਨੇ ਡੰਪ ਬਣਾ ਕੇ ਕੂੜੇ 'ਚ ਦੱਬਿਆ, ਪਰ ਇਹ ਸਾਰੇ ਇੱਕ ਦੂਜੇ ਨਾਲ ਮਿਲੇ ਹੋਏ ਹੈ ਜੀ, ਇੱਕੋ ਪੈਰ ਦੀਆਂ ਦੋ ਜੁੱਤੀਆਂ ਇਹ। ਸਾਡੀ ਲੜਾਈ ਉਹਨਾਂ ਚਿਰ ਜਾਰੀ ਰਹਿਣੀ ਹੈ ਜਿੰਨਾ ਚਿਰ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਉਹ ਵਿਅਰਥ ਜਾ ਰਿਹਾ, ਲੇਕਿਨ ਸਰਕਾਰ ਨੂੰ ਕੀ ਸਿੱਖ ਦੇਣਾ ਚਾਹੋਗੇ ਇਸ ਨੂੰ? ਸਰਕਾਰ ਨੂੰ ਇਸ ਗੱਲ 'ਤੇ ਸਾਡੀ ਇਹੀ ਸਿੱਖਿਆ ਜੀ, ਸਰਕਾਰ ਸਾਥੋਂ ਸਿੱਖਿਆ ਲੈਣਾ ਨਹੀਂ ਚਾਹੁੰਦੀ ਜਾਂ ਆਮ ਕਿਸੇ ਬੰਦੇ ਦੀ ਸਰਕਾਰ ਸੁਣਨਾ ਨਹੀਂ ਚਾਹੁੰਦੀ, ਕਾਰਪੋਰੇਟ ਦੇ ਦਬਾਅ ਹੇਠ ਹੈ। ਸਰਕਾਰ ਨੂੰ ਇਹੀ ਹੈ ਕਿ ਤੁਸੀਂ ਸਾਡੇ ਲੰਗਰਾਂ 'ਤੇ ਬਹੁਤ ਕਿੰਤੂ ਪ੍ਰੰਤੂ ਕਰਦੇ ਹੋ, ਨਾਲੇ ਅਸੀਂ ਕਿਰਤ ਕਰਨ ਵਾਲੇ ਲੋਕ ਹਾਂ, ਆਪਦੇ ਦਸਵੰਧ ਕੱਢ ਕੇ ਲੋਕਾਂ ਦਾ ਢਿੱਡ ਭਰਿਆ ਸੀ ਲੰਗਰਾਂ 'ਚ, ਬਾਬੇ ਨਾਨਕ ਦੀ ਪ੍ਰਥਾ 'ਤੇ ਚੱਲਿਆ। ਸੋ ਤੁਹਾਨੂੰ ਵੀ ਉਸ ਪੱਧਰ 'ਤੇ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡਾ ਇਹੋ ਜਿਹਾ ਸਮਾਨ ਹੈ ਜਿਹੜਾ, ਕਿਉਂਕਿ ਜਿਹੜੀ ਆਪਣੀ ਲੜਾਈ ਹੈ ਉਹ ਲੰਮੀ ਚੱਲਣੀ ਹੈ। ਸੋ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇਹ ਇਸ ਤਰ੍ਹਾਂ ਖਰਾਬ ਹੋ ਰਿਹਾ ਤਾਂ ਉੱਥੇ ਲੋਕਾਂ ਦਾ ਢਿੱਡ ਭਰਨ ਦੀ ਕੋਸ਼ਿਸ਼। ਅਡਾਨੀ ਅੰਬਾਨੀ ਦਾ ਕਹਿਣਾ ਜੇ ਪੰਜਾਬ ਦੇ ਵਿੱਚ ਸਾਡੇ ਮੋਲ ਬੰਦ ਵੀ ਹੁੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਬਿਲਕੁਲ ਜੀ, ਇਹ ਤਾਂ ਸਾਨੂੰ ਵੀ ਪਤਾ ਹੈ, ਨੋਟ ਛਾਪਣ ਵਾਲੇ ਬੰਦੇ ਉਹਨਾਂ ਦੇ ਹੈ, ਨੋਟ ਆਉਣੇ ਕਿੱਥੋਂ ਆ ਉਹ ਬੰਦੇ ਉਹਨਾਂ ਦੇ ਆ, ਮੋਦੀ ਤਾਂ ਇੱਕ ਉਹਨਾਂ ਦੀ ਕਠਪੁਤਲੀ ਹੈ, ਸਰਕਾਰ ਹੀ ਉਹ ਚਲਾ ਰਹੇ ਹੈ, ਪਰ ਲੋਕਾਂ ਦੇ ਹੜ ਅੱਗੇ ਕੁਛ ਨਹੀਂ ਰੁਕਦਾ ਹੁੰਦਾ, ਮਹਾਰਾਜਿਆਂ ਦੇ ਰਾਜ ਚਲੇ ਜਾਂਦੇ ਹੈ। ਅੰਬਾਨੀ ਅਡਾਨੀ ਨੂੰ ਅਸੀਂ 54-98 ਬਣਾ ਕੇ ਭੇਜਾਂਗੇ ਪੰਜਾਬ। ਕਰੋਨਾ ਕਾਲ ਦੇ ਚੱਲਦੇ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ, ਲੇਕਿਨ ਅੱਜ ਕਰੋੜਾਂ ਰੁਪਏ ਦਾ ਸਮਾਨ ਹੈ ਜਿਹੜਾ ਉਹ ਵੇਸਟੇਜ ਕੀਤਾ ਜਾ ਰਿਹਾ, ਉਹਦੇ ਬਾਰੇ ਕੀ ਕਹਿਣਾ? ਬਿਲਕੁਲ ਜੀ, ਕਰੋਨਾ ਕਾਲ ਦੇ ਚੱਲਦੇ ਆਮ ਲੋਕਾਂ ਨੇ ਬਹੁਤ ਸੇਵਾ ਕੀਤੀ, ਆਮ ਲੋਕਾਂ ਨੇ ਲੰਗਰ ਲਾਏ, ਕਿਸਾਨਾਂ ਨੇ ਲਾਏ, ਇੱਥੋਂ ਦੇ ਸ਼ਹਿਰੀਆਂ ਨੇ ਲਾਏ, ਪਰ ਜਿਹੜੇ ਕਾਰਪੋਰੇਟ ਸੈਕਟਰ ਹੈ ਇਹ ਲੰਗਰ ਲਾ ਦੇਣ ਤਾਂ ਇਹਨਾਂ ਨੂੰ ਕੋਈ ਬਾਹਲਾ ਫਰਕ ਨਹੀਂ ਪੈਂਦਾ, ਪਰ ਇਹਨਾਂ ਦੀ ਉਹ ਧਾਰਨਾ ਹੀ ਨਹੀਂ। ਇਹਨਾਂ ਨੇ ਲੋਕਾਂ ਦਾ ਸਿਰਫ ਖੂਨ ਚੂਸਣਾ ਸਿੱਖਿਆ, ਕਿਸੇ ਨੂੰ ਜੀਵਨ ਦੇਣ ਦਾ ਦਾਨ ਨਹੀਂ ਕਰ ਸਕਦੇ ਇਹ। ਸੋ ਉਹ ਸਮਾਨ ਜਿਹੜਾ ਪਾਪ ਦੀ ਕਮਾਈ ਨਾਲ ਖਰੀਦਿਆ ਸੀ ਅੱਜ ਕੂੜੇ ਦਾ ਢੇਰ ਬਣਿਆ, ਇਹਦਾ ਸਬਕ ਲੈਣਾ ਚਾਹੀਦਾ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।